ਬਰੈਸਾ ਬੋਲ ਰਹੇ ਹੋ ਨਾ ਜੀ? हाँ जी हाँ हाँ जी हाँ भाजी, अपना पक्ष रख सकते थोड़े अगे मैं? हाँ हाँ दसो। हाँ जी हाँ भाजी, मैं ना पता क्या जी, मेरी गल सुनो, हाँ जी मैं अभी अपना जिथे मेरी दुकान है हुण, हाँ जी मकान ढा के कलोनी तो रहन गए थी किराए से, किथे? रोड की कोठी है जी। अच्छा हाँ जी हाँ, चलो जी उथे ओहदे नाल बोलचाल हुई ते चलो जी उहने मैनूं, आपां नूं पता सी पार्टी नाल की ओह हुंदा कोई नहीं हुंदा है जां, मैं तां जी पता कि छोटा जिहा दुकानदार आ, दो मेरी छोटी छोटी कुड़ी है, एक 4 साल एक 6 साल, ठीक है जी, ते आपां नूं पता भी पार्टी का की हुंदा की नहीं, ठीक है जी। मैनूं कल गुरचरण सिंह जिहड़े अपने धनोरी वाले ਉਹ ਮੇਰੇ ਕੋਲ ਦੁਕਾਨ ਤੇ ਬੈਠੇ ਸੀਗੇ, ਐਵੇਂ ਮੈਨੂੰ ਪਤਾ ਲੱਗਿਆ ਵੀ ਕਹਿੰਦੇ ਐਂ ਕਰਕੇ ਵੀ ਉਹਨੇ ਜਿਹੜਾ ਹਵਨ ਜੱਗ ਦੇ ਨਾਮ ਤੇ ਰੱਖਿਆ ਸੀਗਾ ਤੇ ਕੋਈ ਉਹ ਮਕਸਦ ਕੁਛ ਹੋਰ ਸੀ ਉਹਦਾ, ਠੀਕ ਹੈ ਜੀ। ਹਾਂ ਜੀ, ਤੇ ਉਸ ਤੋਂ ਬਾਅਦ ਮੈਨੇ ਨਾਲ ਦੇ ਨਾਲ ਫੋਨ ਕਰਕੇ ਆਪਣੀ ਕਿਹਾ ਜੀ ਉਹਨੂੰ, ਮੈਂ ਕਿਹਾ ਵੀ ਮੈਂ ਤੁਹਾਡੇ ਕੋਈ ਸ਼ਾਮਿਲ ਨੀਗਾ, ਮੈਂ ਟਰੱਕ ਨੇ ਉਹਨੂੰ ਦੇ ਕੇ ਅੱਜ ਤੋਂ ਬਾਅਦ ਮੇਰਾ ਤੁਹਾਡੀ ਪਾਰਟੀ ਨਾਲ ਕੋਈ ਲਿੰਕ ਨੀਗਾ, ਤੇ ਜੇ ਮੇਰੇ ਕੋਈ ਗਲਤੀ ਹੋ ਗਿਆ ਤੁਹਾਡੇ ਨਾਲ ਭਾਂਬੜ ਮੱਚਿਆ ਪਿਆ ਜਿਹੜਾ ਇਹਨੇ ਕੰਮ ਕੀਤਾ, ਤੇ ਜਿਹੜੇ ਜਿਹੜੇ ਬੰਦੇ ਨਾਲ ਸੀ ਮੈਂ ਕੱਲ ਦਾ ਲੱਭ ਰਿਹਾ, ਹਾਂਜੀ ਇੱਕ ਮਿੰਟ ਮੇਰੀ ਭਾਜੀ, ਮੇਰੀ ਪਹਿਲਾਂ ਮੈਂ ਆਪਣੇ ਪੱਖ, ਤੁਸੀਂ ਕੱਲ ਮੇਰੀ ਦੁਕਾਨ, ਮੈਂ ਤੁਹਾਨੂੰ ਆਵਾਜ਼ ਨਹੀਂ ਮਾਰੀ ਹੈ? ਨਹੀਂ ਮੈਂ ਸਾਨੂੰ ਸੁਣੀ ਨੀ ਜੇ ਆਵਾਜ਼ ਮਾਰੀ, ਨਹੀਂ ਨਹੀਂ ਮੈਂ ਸੁਣ ਧਿਆਨ ਨਹੀਂ ਪਿਆ, ਮੈਂ ਤੁਹਾਨੂੰ ਬਾਏ ਦੌੜ, ਮੈਨੂੰ ਨਾ ਕੱਲ ਦਾ ਤੁਹਾਡਾ ਨੰਬਰ, ਮੈਂ ਸਾਰੀ ਆਪ ਸੁਣੀਗਾ, ਮੈਂ ਕੱਲ ਦਾ ਨੰਬਰ ਤੁਹਾਡਾ ਲੈ ਲੈ ਕੇ ਇੰਨੇ ਜਣਾਂ ਨੂੰ, ਫਿਰ ਉਹ ਆਪਣਾ ਮੇਰਾ ਯਾਰ ਦੋਸਤ ਹੈ, ਉਹਨੇ ਬੰਦੀ ਸਰਪੰਚ ਦਾ ਫੋਨ ਕਰਕੇ ਅੱਗੇ ਮੱਖਣ ਤੋਂ ਨੰਬਰ ਲੈ ਕੇ ਦਿੱਤਾ ਮੈਨੂੰ, ਮੈਂ ਤਿੰਨ ਚਾਰ ਗੇੜੇ ਮਾਰੇ, ਤੁਹਾਡੇ ਕੋਲ ਮੈਂ ਕਿਹਾ ਸ਼ਾਇਦ ਉਸੇ ਨੰਬਰ ਹੋਵੇ ਤੁਹਾਡਾ, ਮੈਨੂੰ ਤੇ ਪਤਾ ਨੀ, ਮੈਂ ਕੱਲ ਤਿੰਨ ਚਾਰ ਗੇੜੇ ਲਾਇਆ ਤੁਹਾਡੇ ਦੁਕਾਨ ਅੱਗੇ, ਤੁਹਾਡੀ ਤੁਸੀਂ ਦੁਕਾਨ ਦਾ ਪਹਿਲਾਂ ਮੈਨੂੰ ਭੁਲੇਖਾ ਸੀਗਾ, ਫਿਰ ਸੋਚਿਆ ਸੀ ਕੋਈ ਗਲਤ ਬੰਦਾ ਨਾ ਕੋਈ ਐਵੇਂ ਨੁਕਸਾਨਿਆ ਜਾਏ, ਤੇ ਇਹ ਜਿਹੜਾ ਕੰਮ ਹੋਇਆ ਨਾ ਇਹ ਸਾਡੇ ਭਾਂਬੜ ਮੱਚ ਰਿਹਾ ਰਾਜ, ਇਹ ਭਾਂਬੜ ਮੱਚ ਰਿਹਾ, ਬਹੁਤ ਗਲਤੀ ਕੀਤੀ ਬਹੁਤ ਵੱਡੀ। ਇੱਕ ਮਿੰਟ ਰੇਂਜ ਨੀ ਆਈ ਭਾਜੀ, ਇੱਕ ਮਿੰਟ ਮੈਂ ਨਾ ਉੱਪਰ ਚਲਾ ਜਾਵਾਂਗੇ, ਇੱਥੇ ਨਾ ਰੇਂਜ ਕਰਦੇ, ਇੱਕ ਮਿੰਟ। ਹੈਲੋ ਹਾਂਜੀ ਭਾਜੀ, ਹਾਂਜੀ ਫੋਟੋ ਲੱਗੀ ਹੋਈ ਹੈ ਜੀ, ਤੇ ਇੱਧਰ ਦੇਖੋ ਜੀ, ਮੈਂ ਹਰੇਕ ਮਹੀਨੇ ਨਿਆਣਾ ਦੇਵੀ ਫ੍ਰੀ ਬੱਸ ਲੈ ਕੇ ਜਾਂਦਾ ਜੀ, ਆਉਂਦੇ ਹੋਏ ਵਾਪਸੀ ਮੈਂ ਕੁਛ ਨੀ ਖਾਂਦਾ, ਨੀਲੀ ਨਿਕਾਲ ਕੇ ਜਾਂਦਾ, ਆਉਂਦੇ ਹੋਏ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਦੁੱਖ ਨਿਵਾਰੇ ਮੱਥਾ ਟੇਕ ਕੇ, ਫਿਰ ਉੱਥੇ ਦੁੱਖ ਨਿਵਾਰ ਸਾਹਿਬ ਪਟਿਆਲੇ ਰੋਟੀ ਖਾ ਕੇ ਫਿਰ ਵਾਪਸ ਆਉਣਾ। ਮੇਰੇ ਦਿਲ ਦੇ ਵਿੱਚ ਕੋਈ, ਆਪਾਂ ਨੂੰ ਪਤਾ ਕਿ ਤੁਸੀਂ ਮੇਰਾ ਇੱਕ ਵੀ ਬੰਦਾ ਕੋਈ ਸਾਬਤ ਕਰਦੇ, ਪਰ ਰਾਜ ਤੇਰੀ ਫੋਟੋ ਨਾਲ ਆ ਰਹੀ ਹੈ, ਮੈਂ ਬੋਲ ਨਹੀਂ ਸਕਦਾ ਜੀ, ਤੇਰੀ ਫੋਟੋ ਨਾਲ ਆ ਰਹੀ ਹੈ, ਤੇਰੀ ਫੋਟੋ ਨਾਲ ਆ ਰਹੀ ਹੈ, ਤੂੰ ਨਾਲ ਖੜਾ ਨਾਰੇ ਲਾ ਰਿਹਾ, ਇਹ ਬੰਦੇ ਨੇ ਵੇਖ ਇਹਨੇ ਤਾਂ ਆਪਣੇ ਗਨਮੈਨ ਲੈਣ ਵਾਸਤੇ ਆਪਣੀ ਚਾਲ ਚੱਲ ਲਈ, ਤੁਸੀਂ ਨਾਲ ਬਹਿ ਕੇ ਨਾਲ ਸਪੋਰਟ ਕੀਤੀ ਸਾਡੇ, ਆ ਭਾਂਬੜ ਮਚਾਇਆ ਦਿਲ ਚ, ਸਾਡੇ ਜਿਹੜੇ ਜ਼ਖਮ ਹੋਏ ਨੇ ਨਾ ਉਹਨੂੰ ਦੁਬਾਰੇ ਖਰੀਦਿਆ, ਮੈਂ ਤੇ ਸੱਚੀ ਦੱਸ ਰਿਹਾ ਵੀ ਕੱਲ ਮੈਂ ਚਾਰ ਗੇੜੇ ਲਾਏ ਸੀਗੇ, ਜੇ ਬਸ ਇਹ ਹੈ ਵੀ ਕੁਦਰਤੀ ਤੂੰ ਉੱਥੇ ਨਹੀਂ ਹੈ, ਤੂੰ ਕਹਿ ਰਿਹਾ ਮੈਂ ਆਵਾਜ਼ ਮਾਰੀਏ ਸਾਡੇ, ਸ਼ਾਇਦ ਅਸੀਂ ਉਦੋਂ ਲੰਘ ਜਾਵਾਂਗੇ ਫਿਰ ਆਵਾਜ਼ ਮਾਰੀ ਹੋਵੇ, ਪਰ ਇਹ ਜਿਹੜਾ ਕੰਮ ਆ ਇਹ ਬਹੁਤ ਗਲਤ ਕੀਤਾ, ਇਹ ਬਖਸ਼ਣਯੋਗ ਨਹੀਂ। ਬੁਲਾਇਆ ਸੀਗਾ ਮੈਂ ਭਾਜੀ, ਮੈਂ ਕਿਹਾ ਵੀ ਚਲੋ ਪਤਾ ਕਿ ਤੁਸੀਂ ਜਲਦੀ ਚ ਜਾ ਰਹੇ ਹੋਗੇ ਜਾਂ ਨਹੀਂ ਪਤਾ ਲੱਗਦਾ ਹੈਗਾ, ਜਲਦੀ ਜਿਹਨੇ ਖਿਚਾਈ ਤੇਰੇ ਕਰਕੇ, ਅਸੀਂ ਤਾਂ ਆਈ ਤੇਰੇ ਕਰਕੇ ਸੀ, ਜਲਦੀ ਕਦੋਂ ਲੰਘਣਾ ਸੀਗਾ, ਉਹ ਤੇ ਜਾਂ ਤੇ ਜਦੋਂ ਮੋਟਰਸਾਈਕਲ ਮੋੜ ਲੱਗਿਆ ਉਦੋਂ ਆਵਾਜ਼ ਮਾਰੀ ਹੋਣੀ ਹੈ, ਜਾਂ ਮੇਰੇ ਜਿਹੜਾ ਪਿੱਛੇ ਬੰਦਾ ਉਹਨੂੰ ਪਤਾ ਲੱਗਾ ਸੀ, ਵੇਖਿਆ ਸੀ ਮੁੜ ਕੇ ਉਹਨੇ ਵੀ ਆਵਾਜ਼ ਮਾਰੀ ਕਿਸੇ ਨੇ? ਭੁਲੇਖਾ ਸੀਗਾ ਵੀ ਕਿਉਂਕਿ ਫੋਟੋ ਵਿੱਚ ਤੇਰੇ ਮੋਟੀ ਮੋਟਾ ਸਰੀਰ ਆ ਰਿਹਾ, ਉੱਥੇ ਲੱਗਿਆ ਸੀ ਜਿਵੇਂ ਬੰਦਾ ਕੋਈ ਹੋਰ ਆ, ਇਸ ਕਰਕੇ ਅਸੀਂ ਸਾਨੂੰ ਇਹ ਵੀ ਭੁਲੇਖਾ ਰਿਹਾ ਵੀ ਕਿਤੇ ਹੋਰ ਕੋਈ ਬੰਦਾ ਗਲਤ ਨਾ ਕਿਸੇ ਨਾਲ ਹੋ ਜੇ, ਇਹ ਜਿਹੜੀ ਜਿਹੜੀ ਗੱਲ ਆ ਬਾਅਦ ਵਿੱਚ ਮੈਂ ਤੇਰੇ ਗੁਆਂਢੀ ਹੋਰ ਵੀ ਪੁੱਛ ਕੇ ਆਇਆ ਲੱਗਿਓ, ਬਾਕੀ ਗੱਲ ਇਹ ਆ ਵੀ ਜੇ ਤੈਨੂੰ ਇਹ ਗੱਲ ਦਾ ਲੱਗਦਾ ਵੀ ਤੂੰ ਗਲਤ ਗਲਤ ਜੇ ਤੂੰ ਸੋਰੀ ਫੀਲ ਮੰਗਦਾ, ਜੇ ਤੂੰ ਸੋਰੀ ਫੀਲ ਮੰਗਦਾ ਇਹ ਗੱਲ ਚ, ਸੁਣ ਸਿਰਫ ਇਹ ਮਿਸ ਗਾਈਡ, ਹਰ ਇੱਕ ਬੰਦੇ ਨੂੰ ਮਿਸ ਗਾਈਡ ਕਰਕੇ ਜਿਵੇਂ ਅਗਲਾ ਕਹਿ ਦਿੰਦਾ ਨਾ ਵੀ ਹਾਂ ਭਾਈ ਕਹਿੰਦਾ ਵੀ ਕਹਿੰਦਾ ਉਹਨੇ 15 ਦਿਨ ਪਹਿਲਾਂ ਉਸ ਤੋਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀਗਾ, ਠੀਕ ਹੈ ਜੀ, ਕਹਿੰਦਾ ਉੱਥੇ ਪਾਠ ਹੈ,
तेरा गवांडी चावल है घड़िया वाला है लागे चावला जा कोई होर जेड़ा नाल बंदा लैके दफ्तर आ जाओ जथेबंदियां इत्थे आ रहियां इत्थे आपां सारा तुहाडा फिर फैसला कर सकते हैं भी नहीं तो वेखो जेड़ा हालात ने सारी सारिया नूं तेरी निशानदेही हुई पई है तैनूं पता ही होना बहुत असी नहीं चाहते भी किसी नूं जे बंदा कोई अपनी गलती मानता है उसके उत्ते कोई भी कार्रवाई ना रेंज करके आवाज आ रही है मैं कहा छत दे उपर भी आ गई रेंज करके आवाज आ रही है मैं कहा जे ते तैनूं लगता है भी ते तो गलती हुई है तो दफ्तर तू आ सकता मेरे को दफ्तर आएगा कोई तेरे को कार्रवाई नहीं होगी हैलो हेलो मैं क्या दफ्तर दफ्तर आ सकता है मेरे को भावे चावले नु लाके जा किसी तेरे गुआंढी लैके दफ्तर दफ्तर आ जा दफ्तर जा जा कोई कार्रवाई नहीं होगी तेरे मेरी बस थोड़ी छोटी कुड़ी है एक साल साल छह साल दी मेरे तो कोई गलती होए ना मैं देन जाना ताडा जी मैं तो मैं नहीं दफ्तर आ जा ना दफ्तर आके इत्थे पे 1 मिनट जिन्ने 1 मिनट छोटे बच्चा वर्गा जी पता हुण तू किथे है मैं छोटे बच्चा वर्गा जी पता जी 1 मिनट मेरी गल सुन ली बदमाश किन्ने फेंटे जिहड़ी कुड़ियां हिंदू कुड़ियां नूं तंग करदे सीगे देखे होणा तैनूं पता होणा हुण किथे आ तूं हुण किथे आ छोटा बच्चा हांजी हुण किथे आ तूं भरोसा ਹਣਾ ਵੀ ਮੈਂ ਕਿਉਂਕਿ ਜਿਹੜਾ ਜਿਹੜਾ ਆਪਣੇ ਕੋਲ ਚੱਲ ਕੇ ਆ ਜੇ ਉਹ ਤੇ ਕੋਈ ਹੋਈ ਕਾਰਵਾਈ ਨਹੀਂ ਹੋ ਸਕਦੀ ਉਹ ਜ਼ਿੰਮੇਵਾਰੀ ਮੇਰੀ ਆ ਵੀ ਕੋਈ ਤੈਨੂੰ ਇੱਥੇ ਵੱਧ ਘੱਟ ਬੋਲੇ ਜਾਂ ਕੁਛ ਹੋਏ ਹਾਂ ਜੇ ਤੂੰ ਮੇਰੇ ਕੋਲ ਨਹੀਂ ਆਉਂਦਾ ਕਮਾਲ ਹੈ ਭਾਜੀ ਮੈਨੂੰ ਪਤਾ ਜੀ ਮੈਂ ਕਿਹੜਾ ਬਸ ਫਿਰ ਪਤਾ ਕੀ ਮੇਰੀ ਗੱਲ ਸੁਣੋ ਭਾਜੀ 1 ਮਿੰਟ ਹਾਂ ਤੁਸੀਂ 1 ਮਿੰਟ ਤੁਸੀਂ ਮੈਨੂੰ ਨਾ ਦੇਖੋ ਠੀਕ ਹੈ ਤੁਸੀਂ ਐ ਦੇਖ ਲਓ ਜਿਹੜੇ ਦੋ ਛੋਟੇ ਬੱਚੇ ਨੇ ਮੈਂ ਇਹ ਵੀ ਗੱਲ ਪਤਾ ਕੀਤਾ ਪਤਾ ਕੀ ਆ ਜੀ ਪਲੀਜ਼ ਭਾਜੀ ਪਲੀਜ਼ ਰਿਕਵੈਸਟ ਕਰਨਾ ਤੁਹਾਡੇ ਜੋ ਮਰਜ਼ੀ ਇੱਧਰ ਰੱਖੋ ਮੈਂ ਤੁਹਾਨੂੰ ਵੀਡੀਓ ਕਾਲ ਕਰਦਾ ਕਰ ਜਾ ਕੇ ਮੇਰੇ ਮੰਦਰ ਦੇ ਵਿੱਚ ਜਾ ਕੇ ਦੇਖੋ ਮੈਂ ਚਰਨਾ ਚਾਹੁੰਦਾ ਤੇ ਮੱਥਾ ਲਾ ਦੇਣਾ ਸਾਰਾ ਕੁਝ ਇੰਨਾ ਮੈਨੂੰ ਭਾਈ ਪਤਾ ਕੀ ਆ ਬਾਈ ਗੋੜ ਮੈਂ ਤਾਂ ਇੰਨਾ ਚੀਜ਼ਾਂ ਦਾ ਬਹੁਤ ਦੂਰ ਆ ਗਈ ਮੈਨੂੰ ਤਾਂ ਪਤਾ ਕਿਹਾ ਜੀ ਸਿਰਫ ਕੁਛ ਨਹੀਂ ਸੀਗਾ ਕੋਈ ਓਨ ਸੀ ਮੇਰੇ ਮਨ ਦੇ ਵਿੱਚ ਕੋਈ ਗੱਲ ਹੋਵੇ ਜਾਂ ਮੈਨੂੰ ਕੋਈ ਬੋਲਿਆ ਹੋਵਾਂ ਜਾਂ ਕੁਛ ਕਰਿਆ ਹੋਵਾਂ ਜੀ ਮੈਂ ਚਲ ਠੀਕ ਹੈ ਮੈਂ ਵੇਖ ਜੇ ਤੂੰ ਆ ਸਕਦਾ ਤਾਂ ਠੀਕ ਹੈ ਨਹੀਂ ਤੇ ਫਿਰ ਤੇਰੇ ਕੋਲ ਉੱਥੇ ਡਾਕਟਰ ਕੋਲ ਦੁਕਾਨ ਤੇ ਹੁੰਨੇ ਆ ਫਿਰ ਆਪਾਂ ਕਰਨੇ ਗੱਲ फैसला तो ही गल का होना है जे तू साडे कोल आ जाएगा तो कोई गल ही कोई नहीं चल जो आ जाए घर चल गए बिल्कुल तेन कोई भी जिम्मेवार मैं तो तेन को वध घट बोले जा तेन को वध घट गए जे उथे उन्हें तेरी हो तेरे घर आना है तू उथे साडे नाल कैसे व्यवहार करना है वो तो अपना होंगे भी जे तू मेरे को आएगा तो मैं तेन शिष्टाचार कैसे दे सकता जे मैं तेरे को आना तो तू मेरे को कैसे अगों मिल सकता उस हिसाब नाल अपनी गल आ मेरे को आ जाएगा किसी लैके आ जा नाल चावले लैके आ जा तेरे सामने ज्ञानी है उन्होंने लैके आ जा जिन्होंने मर्जी लैके आ सकना मेरे को ਪਤਾ ਕਿਆ ਭਾਜੀ ਮੇਰੀ ਗੱਲ ਤਾਂ ਸੁਣ ਲਓ ਆਪਾਂ ਕਿਵੇਂ ਲੈ ਕੇ ਆਣਾ ਭਾਜੀ ਮੈਨੂੰ ਫਿਰ ਪਤਾ ਜਾ ਫਿਰ ਇਕੱਲੇ ਕੋਈ ਗੱਲ ਨਹੀਂ ਇਕੱਲਾ ਯਾਰ ਇੱਥੇ ਮੇਰੇ ਮਾਈਸਾ ਰੋਡ ਦੇ ਦਫ਼ਤਰ ਮੇਰਾ ਆ ਜਾ ਕੋਈ ਗੱਲ ਨਹੀਂ ਮੈਂ ਵੀ ਇਕੱਲੇ ਬੈਠਾ ਕੋਈ ਵੀ ਨਹੀਂ ਹੈਗਾ ਇੱਥੇ ਮੈਂ ਵੀ ਇਕੱਲਾ ਹੀ ਹਾਂ ਮਾਈਸਾ ਰੋਡ ਦੇ ਦਫ਼ਤਰ ਆ ਮੇਰਾ ਮੈਂ ਇਕੱਲੇ ਹੀ ਬੈਠਾ ਕੋਈ ਨਹੀਂ ਹੈਗਾ ਇੱਥੇ ਇਕੱਲੇ ਹੀ ਆ ਜਾ ਤੂੰ ਕੋਈ ਗੱਲ ਨਹੀਂ ਕਿਹੜੀ ਰੋਡ ਤੇ ਜੀ ਮਾਈਸਾ ਰੋਡ ਤੇ ਜਿਹੜਾ ਮਾਈਸਾ ਰੋਡ ਦਫ਼ਤਰ ਹੈ ਨਾ ਜਿੱਥੇ ਕੇਲਿਆਂ ਵਾਲੀ ਦੁਕਾਨ ਸੀਗਾ ਗਦਾਮ ਸੀਗਾ ਜਦੋਂ ਮਾਈਸਾ ਰੋਡ ਮੁੜਦੇ ਆਪਾਂ ਨਹਿਰ ਤੋਂ ਹਾਂ ਜੀ ਅੱਛਾ ਤੇ ਠੀਕ ਹੈ ਠੀਕ ਹੈ ਭਾਜੀ ਤੇ ਆਪ ਉੱਥੇ ਪੇੜ ਵੀ ਕਰਵਾਇਆ ਜੀ ਉੱਥੇ ਆਪਣੀ ਦੰਦ हाँ, हाँ,
इनक्वायरी करके फिर ही गल करते कोई कच्चा काम नहीं करते पर हुण जे तू मेरे दफ्तर आ जाना ना राज जे तू मेरे दफ्तर आ जाना जे तू मेरे दफ्तर आ जाना कोई कार्रवाई नहीं होगी वीडियो कॉल करना मैं तुम्हें पता की पुलिस पाजी क्लीनर के वास्ता बेनती है मैं बाहर प्रेस नोट दे देना मैं दूसरे बार मैं ना हाँ प्रेस नोट देकर दफ्तर आ जा दे देना भी मेरे कोई लिंक नहीं है पार्टी में कोई लिंक नहीं का राज में दफ्तर आ जा सोना तो फिर मेरी गलत सुनो मैं तबाह रहते हैं ना मैं कहना जेब में तबाह रहते मैं दफ्तर आया यार मैंने रात को चाहे इधर देखो पुलिस क्योंकि इस मैटर पे एवला मैटर भेजो कुछ नहीं चाहे अभी रात में बात मार दी अभी रात में थी आप मेरी गल सुनो ठीक है मैं तुम खुद आप फोन करके बुलावांगा आप दस मिनट तक चाह पी कोई ऐसी गल नहीं कोई कोई गल नहीं जे तू गलती मानना है तो मैं तेन ये कहना तू दफ्तर आ जा राज जे तू गलती मानना है तो दफ्तर आ जा कोई वड्डी गल नहीं जे तू दफ्तर आएगा तेन कोई कोई गल नहीं होगी तेरे से तेन कोई भी माड़ा चंगा नहीं बोलेगा मैं कल बैठा इस टाइम मैं कल आ जाना होर दस मैं तेरे को आया 15 मिनट आया है हां समझ गया मैं मल्ले दे कोठी को लागे मैं तेनू फोन कर दंगा ठीक मैं राजगढ़ शिवसेना तो बिलोंग करता सीगा मैं अपनी शिवसेना तो सारे उस तो अस्तीफा दे रहा मेरा शिवसेना नाल तो बाद कोई लिंक नहीं गा तो मेन गल ये जड़ा कोई 6 तरीक नूं प्रोग्राम सीगा हवन जग के नाम से मैंने बुलाया हुआ सीगा तो अपन पता भी की मैटर है की नहीं है उत्थे की वो गलबात है भी किस लिए हवन रखिया हो रहा है तो इसलिए अपन पता भी किस लिए धर्म नूं जो कोई ठेस पहुँचती है तो आप इस गलते बिल्कुल भी आप नहीं करते है भी जे सिख धर्म के कौम से कोई भी ठेस पहुँचती है उसलिए मैं क्षमा जाचना किसी भी आप हर एक बंदे नूं चाहे कोई हिंदू धर्म है चाहे सिख धर्म है आदर सत्कार करना चाहिए था। मैं भी सत्कार करता मैं संत बाबा जरनैल सिंह पिंडां वाले किवें समझदे उन्होंने उन्हें सत्कार करते उन्होंने वो तो जी हर एक बंदा अपने अपने धर्म का जिवें सत्कार करता जिवें असीं करते हैं उवें वो अपने उहदे लई सत्कार करते हैं इस दे विच किसी नूं कोई इतराज़ नहीं होना चाहिए है क्या जिहड़े संतां दे खिलाफ़ बोलते हैं उन्होंने तुसीं की कहना चाहते हो भी कोई किसी के खिलाफ किसी धर्म के खिलाफ़ बोलता जिवें कोई नहीं जी किसी नूं किसी धर्म के खिलाफ़ बोलन का वो नहीं होना चाहिए हैलो ਮੈਂ ਕਹਿ ਦਾਂਗਾ